ਇੱਕੋ ਹੀ ਪ੍ਰੋਫੈਸ਼ਨ ਅਤੇ ਕਿਸੇ ਟਾਈਮ ਇੱਕੋ ਹੀ ਪਾਰਟੀ 'ਚ ਕੰਮ ਕਰਨ ਵਾਲੇ ਗੁਰਪ੍ਰੀਤ ਘੁੱਗੀ ਅਤੇ ਭਗਵੰਤ ਮਾਨ ਅੱਜ ਇੱਕ ਦੂਜੇ ਦੇ ਵਿਰੋਧੀ ਬਣ ਸਾਹਮਣੇ ਖੜ੍ਹੇ ਨੇ। ਦਰਅਸਲ ਭਗਵੰਤ ਮਾਨ ਦੇ ਖਿਲਾਫ਼ ਕਾਂਗਰਸ ਦੇ ਕੇਵਲ ਸਿੰਘ ਢਿੱਲੋਂ ਸੰਗਰੂਰ ਤੋਂ ਲੋਕ ਸਭਾ ਚੋਣ ਲੜ ਰਹੇ ਨੇ ਅਤੇ ਉਸੇ ਹੀ ਕੇਵਲ ਸਿੰਘ ਢਿੱਲੋਂ ਦੇ ਲਈ ਗੁਰਪ੍ਰੀਤ ਘੁੱਗੀ ਸੰਗਰੂਰ ਤੋਂ ਪ੍ਰਚਾਰ ਕਰਨ ਪਹੁੰਚੇ ਨੇ। ਹਾਲਾਂਕਿ ਘੁੱਗੀ ਦਾ ਇਹ ਵੀ ਕਹਿਣਾ ਕਿ ਉਹ ਕਾਂਗਰਸ ਦੇ ਲਈ ਪ੍ਰਚਾਰ ਕਰਨ ਨਹੀਂ ਸਗੋਂ ਆਪਣੇ ਦੋਸਤ ਕੇਵਲ ਢਿੱਲੋਂ ਦੇ ਲਈ ਪ੍ਰਚਾਰ ਕਰਨੇ ਨੇ, ਪਰ ਨਾਲ ਹੀ ਘੁੱਗੀ ਨੇ ਭਗਵੰਤ ਮਾਨ ਅਤੇ ਕੇਜਰੀਵਾਲ 'ਤੇ ਨਿਸ਼ਾਨੇ ਵੀ ਜ਼ਰੂਰ ਸਾਧੇ ਨੇ। ਘੁੱਗੀ ਸਾਹਿਬ, ਤੁਹਾਡੇ ਇੱਥੇ ਆਉਣ ਦਾ ਕੀ ਮਤਲਬ ਹੈ? ਘੁੱਗੀ ਅੱਜ ਕਾਂਗਰਸ ਦੀ ਟਾਹਣੀ 'ਤੇ ਕਿਵੇਂ ਆ ਕੇ? ਕਾਂਗਰਸ ਦੀ ਰੈਲੀ ਤੇ ਨਹੀਂ ਜੀ, ਮੈਂ ਅਜੇ ਆਇਆ ਜੀ। ਸਰਦਾਰ ਕੇਵਲ ਸਿੰਘ ਢਿੱਲੋਂ ਮੇਰੇ ਬਹੁਤ ਪੁਰਾਣੇ ਸਾਡੇ ਰਿਸ਼ਤੇ ਨੇ, ਸੰਬੰਧ ਆ। ਤੁਸੀਂ, ਤੁਹਾਡੀ ਸਾਰੀ ਪੋਲੀਟੀਕਲ ਸਪੀਚ ਅੱਜ ਕੇਜਰੀਵਾਲ ਤੇ ਭਗਵੰਤ ਮਾਨ ਦੇ ਵਿਰੁੱਧ ਸੀ, ਇੱਕ ਟਾਈਮ ਤੁਸੀਂ ਵੀ ਇਸ ਪਾਰਟੀ ਦੇ ਵਿੱਚ ਸੀ, ਕੀ ਵਿਚਾਰਧਾਰਾਵਾਂ ਇੰਨੀਆਂ ਹਲਕੀਆਂ ਹੁੰਦੀਆਂ ਕਿ 2 ਸਾਲ ਬਾਅਦ ਹੀ ਬਦਲ ਗਈਆਂ ਤੇ ਤੁਸੀਂ ਅੱਜ ਉਹਨਾਂ ਦੇ ਵਿਰੁੱਧ ਬੋਲ ਰਹੇ ਹੋ? ਜਿੱਥੇ ਲਵ ਮੈਰਿਜ ਹੋਈ ਹੁੰਦੀ ਨਾ, 6 ਮਹੀਨੇ ਬਾਅਦ ਵੀ ਉੱਥੇ ਤਲਾਕ ਹੋ ਜਾਂਦਾ, ਕਰਤੂਤ ਦਾ ਅੰਦਰ ਘਰ ਜਾ ਕੇ ਪਤਾ ਲੱਗਦਾ। ਨੇਕ ਨੀਤੀ ਦੇ ਨਾਲ ਮੈਂ ਗਿਆ ਸੀ, ਪਰ ਅੰਦਰ ਵੜ ਕੇ ਜੋ ਪਤਾ ਲੱਗਿਆ ਵੀ ਇਹ ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਜ਼ਿਆਦਾ ਭ੍ਰਿਸ਼ਟ ਹੋ ਚੁੱਕੇ ਨੇ। ਰਾਜਨੀਤੀ ਸੰਭਾਵਨਾਵਾਂ ਦਾ ਖੇਡ ਹੈ ਸਾਡੇ ਨਾਲ ਗੁਰਪ੍ਰੀਤ ਘੁੱਗੀ ਨੇ। ਘੁੱਗੀ ਸਾਹਿਬ, ਤੁਹਾਡੇ ਇੱਥੇ ਆਉਣ ਦਾ ਕੀ ਮਤਲਬ ਹੈ? ਘੁੱਗੀ ਅੱਜ ਕਾਂਗਰਸ ਦੀ ਟਾਹਣੀ 'ਤੇ ਕਿਵੇਂ ਆ ਕੇ? ਇਹ ਕਾਂਗਰਸ ਦੀ ਰੈਲੀ 'ਤੇ ਨਹੀਂ ਜੀ, ਮੈਂ ਅਜੇ ਆਇਆ ਜੀ। ਸਰਦਾਰ ਕੇਵਲ ਸਿੰਘ ਢਿੱਲੋਂ ਮੇਰੇ ਬਹੁਤ ਪੁਰਾਣੇ ਸਾਡੇ ਰਿਸ਼ਤੇ ਨੇ, ਸੰਬੰਧ ਹੈ, ਔਰ ਕਰਨ ਜੀ ਮੇਰੇ ਬੜੇ ਪਿਆਰੇ ਮਿੱਤਰ ਨੇ, ਕਰਨ ਢਿੱਲੋਂ ਸਾਹਿਬ, ਔਰ ਅਸੀਂ ਇੱਕ ਜੁਝਾਰੂ, ਮੈਂ ਸਮਝਦਾ ਕਿ ਬਿਜ਼ਨਸਮੈਨ, ਇੱਕ ਲੋਕ ਸੇਵਾ ਦੇ ਵਿੱਚ ਆਪਣਾ ਵਿਸ਼ਵਾਸ ਰੱਖਣ ਵਾਲੇ ਪਰਿਵਾਰ ਦੇ ਨਾਲ ਮੈਂ ਆਇਆ, ਕਿਉਂਕਿ ਢਿੱਲੋਂ ਸਾਹਿਬ ਵਿਜ਼ਨਰੀ ਬਿਜ਼ਨਸਮੈਨ ਨੇ, ਵਿਜ਼ਨਰੀ ਬੰਦੇ ਨੇ, ਉਹ ਇਸ ਇਲਾਕੇ ਲਈ ਕੁਝ ਕਰ ਸਕਦੇ ਨੇ। ਜੋ ਪਹਿਲਾ ਸਾਡਾ MP ਇਸ ਇਲਾਕੇ ਦੇ ਨਾਲ ਇੱਕ, ਮੈਂ ਸਮਝਾਂਗਾ ਕਿ ਬੇਵਫਾਈ ਵਾਲਾ ਮਾਹੌਲ ਬਣਾ ਕੇ ਰੱਖਿਆ। ਤੁਸੀਂ, ਤੁਹਾਡੀ ਸਾਰੀ ਪੋਲੀਟੀਕਲ ਸਪੀਚ ਅੱਜ ਕੇਜਰੀਵਾਲ ਤੇ ਭਗਵੰਤ ਮਾਨ ਦੇ ਵਿਰੁੱਧ ਸੀ, ਇੱਕ ਟਾਈਮ ਤੁਸੀਂ ਵੀ ਇਸ ਪਾਰਟੀ ਦੇ ਵਿੱਚ ਸੀ, ਕੀ ਵਿਚਾਰਧਾਰਾਵਾਂ ਇੰਨੀਆਂ ਹਲਕੀਆਂ ਹੁੰਦੀਆਂ ਕਿ 2 ਸਾਲ ਬਾਅਦ ਹੀ ਬਦਲ ਗਈਆਂ ਤੇ ਤੁਸੀਂ ਅੱਜ ਉਹਨਾਂ ਦੇ ਵਿਰੁੱਧ ਬੋਲ ਰਹੇ ਹੋ? ਜਿੱਥੇ ਲਵ ਮੈਰਿਜ ਹੋਈ ਹੁੰਦੀ ਨਾ, 6 ਮਹੀਨੇ ਬਾਅਦ ਵੀ ਉੱਥੇ ਤਲਾਕ ਹੋ ਜਾਂਦਾ, ਕਰਤੂਤ ਦਾ ਅੰਦਰ ਘਰ ਜਾ ਕੇ ਪਤਾ ਲੱਗਦਾ ਵੀ ਕਿਸ ਪਰਿਵਾਰ ਦੇ ਵਿੱਚ ਰਿਸ਼ਤਾ ਹੋਇਆ, ਇਹ ਕਿਹੜੇ ਲੋਕ ਨੇ, ਕੀ ਸੋਚ ਹੈ ਇਹਨਾਂ ਦੀ। ਸੋ ਦਿਸ ਇਜ਼ ਵੈਰੀ ਨੈਚੁਰਲ, ਕਿਉਂਕਿ ਤੁਸੀਂ ਕਹਿੰਦੇ ਦੂਰ ਦੇ ਢੋਲ ਸੁਹਾਵਣੇ, ਜਦੋਂ ਦੂਰੋਂ ਢੋਲ ਸੁਣਦੇ ਹੋ ਤੁਹਾਨੂੰ ਲੱਗਦਾ ਕਿ ਇਹ ਬਹੁਤ ਅੱਛੇ ਵੱਜ ਰਹੇ ਨੇ, ਜਦੋਂ ਸਿਰ 'ਤੇ ਵੱਜਦਾ ਉਦੋਂ ਪਤਾ ਲੱਗਦਾ ਕਿ ਕਿੰਨੀ ਸਿਰ ਪੀੜ ਦੇ ਰਿਹਾ ਜਾਂ ਸਾਨੂੰ ਕਿੰਨੀ ਟ੍ਰਬਲ ਦੇ ਰਿਹਾ। ਸੋ ਇੱਕ ਬੜੇ ਨੇਕ ਨੀਤੀ ਦੇ ਨਾਲ ਮੈਂ ਗਿਆ ਸੀ, ਪਰ ਅੰਦਰ ਵੜ ਕੇ ਜੋ ਪਤਾ ਲੱਗਿਆ ਵੀ ਇਹ ਕਿਸੇ ਵੀ ਪੋਲੀਟੀਕਲ ਪਾਰਟੀ ਤੋਂ ਜ਼ਿਆਦਾ ਭ੍ਰਿਸ਼ਟ ਹੋ ਚੁੱਕੇ ਨੇ। 2 ਸਾਲ ਹੋ ਗਏ, ਤੁਸੀਂ 2 ਸਾਲ ਕਿਉਂ ਨਹੀਂ ਬੋਲੇ? ਅੱਜ ਇੱਕਦਮ ਚੋਣਾਂ ਤੋਂ 5 ਦਿਨ ਪਹਿਲਾਂ ਤੁਸੀਂ ਇੱਥੇ ਆ ਕੇ ਕੇਵਲ ਸਿੰਘ ਢਿੱਲੋਂ ਦੇ ਹੱਕ 'ਚ ਪ੍ਰਚਾਰ ਕਰ ਰਹੇ? ਕੇਵਲ ਸਿੰਘ ਢਿੱਲੋਂ ਦੇ ਹੱਕ 'ਚ ਜਦੋਂ ਕੇਵਲ ਸਿੰਘ ਢਿੱਲੋਂ ਬੁਲਾ ਲੈਂਦੇ ਮੈਂ ਉਦੋਂ ਹੀ ਆ ਜਾਣਾ ਸੀ। ਕੇਵਲ ਸਿੰਘ ਢਿੱਲੋਂ ਇਲੈਕਸ਼ਨ ਹੀ ਉਸ ਤੋਂ ਬਾਅਦ ਹੁਣ ਲੜ ਰਹੇ ਨੇ। ਸੰਗਰੂਰ ਹੀ ਕਿਉਂ ਚੁਣਿਆ ਤੁਸੀਂ? ਸਿਰਫ ਮਾਲਵੇ ਦਾ ਸੰਗਰੂਰ ਹੀ ਕਿਉਂ ਚੁਣਿਆ ਮਜੈਲ? ਕਿਉਂਕਿ ਮੇਰਾ ਪਿਆਰ ਹੀ ਜਿਨ੍ਹਾਂ ਨਾਲ, ਜਿਨ੍ਹਾਂ ਨੇ ਬੁਲਾਇਆ, ਹੋਰ ਕਿਸੇ ਨੇ ਮੈਨੂੰ ਬੁਲਾਇਆ ਹੁੰਦਾ ਸ਼ਾਇਦ ਮੈਂ ਉੱਥੇ ਵੀ ਚਲਾ ਜਾਂਦਾ ਜੀ। ਕੋਈ ਚੰਗਾ ਬੰਦਾ ਮੈਨੂੰ ਕਿਤੋਂ ਵੀ ਬੁਲਾਉਂਦਾ, ਮੈਂ ਜ਼ਰੂਰ ਜਾਂਦਾ ਉੱਥੇ। ਇਹਨਾਂ ਨੇ ਮੈਨੂੰ ਉੱਥੇ ਕਿਹਾ, ਇਨਵਾਈਟ ਕੀਤਾ ਅਤੇ ਮੈਂ ਆ ਗਿਆ। ਇੱਕ ਆਖਰੀ ਕੁਐਸਚਨ, ਤੁਹਾਨੂੰ ਲੱਗਦਾ ਸੈਲੀਬ੍ਰਿਟੀ ਫੈਕਟਰ ਕਿਤੇ ਮੈਟਰ ਕਰਦਾ? ਸਨੀ ਦਿਓਲ ਨੂੰ ਟਿਕਟ ਦਿੱਤੀ ਗਈ ਆ, ਤੁਸੀਂ ਇੱਥੇ ਚੁਟਕਲੇ ਕਹਿੰਦੇ ਨੇ ਕੇਵਲ ਸਿੰਘ ਢਿੱਲੋਂ ਕਿ ਭਗਵੰਤ ਮਾਨ ਸਿਰਫ ਚੁਟਕਲੇ ਸੁਣਾਉਂਦੇ ਨੇ, ਕੀ ਇਹ ਗੱਲ ਹੋ ਸਕਦੀ ਹੈ ਕਿ ਇੱਕ ਤੁਸੀਂ ਲਾ ਲਓ ਸੈਲੀਬ੍ਰਿਟੀ ਫੈਕਟਰ? ਸੈਲੀਬ੍ਰਿਟੀ ਫੈਕਟਰ ਜੇ ਚੱਲਦਾ ਤਾਂ ਮੈਂ ਕਹਿੰਦਾ ਨਹੀਂ ਚੱਲਣਾ ਚਾਹੀਦਾ, ਲੋਕਾਂ ਨੂੰ ਹਕੀਕਤ ਦੇ ਨਾਲ ਚੱਲਣਾ ਚਾਹੀਦਾ, ਲੋਕਾਂ ਨੂੰ ਸੱਚਾਈ ਦੇ ਨਾਲ ਚੱਲਣਾ ਚਾਹੀਦਾ। ਸੈਲੀਬ੍ਰਿਟੀ ਫੈਕਟਰ ਜਿਹੜਾ, ਮੈਂ ਕਦੇ ਵੀ ਇਹਦੇ ਹੱਕ 'ਚ ਨਹੀਂ ਹੈ, ਨਾ ਹੀ ਹੁੰਦਾ। ਆਖਰੀ ਅੱਜ ਵਿਚਾਰਧਾਰਾ ਕੀ ਹੈ ਗੁਰਪ੍ਰੀਤ ਘੁੱਗੀ ਦੀ? ਅੱਜ ਵਿਚਾਰਧਾਰਾ ਕੀ ਹੈ? ਮੈਂ ਲਿਬਰਲ ਹਾਂ, ਮੈਂ ਮਤਲਬ ਚਾਹੁੰਦਾ ਕਿ ਹਿੰਦੁਸਤਾਨ ਔਰ ਸਪੈਸ਼ਲੀ ਮੇਰੇ ਪੰਜਾਬ ਦਾ ਜਿਹੜਾ ਕੋਈ ਬੰਦਾ ਭਲਾ ਸੋਚ ਸਕਦਾ ਉਹ ਜ਼ਰੂਰ ਅੱਗੇ ਆਵੇ। ਅਸੀਂ ਸਾਰੀਆਂ ਹੁਣ ਦੇਖ ਲਿਆ, ਸੈਂਟਰ ਦੇ ਵਿੱਚ ਵੀ ਦੇਖ ਲਿਆ ਜੋ ਸਾਡੇ ਨਾਲ ਹੋਇਆ, ਮੀਡੀਆ ਖਰੀਦਿਆ ਜਾ ਚੁੱਕਾ, ਦੁਨੀਆ ਸਾਰੀ ਵਿਕੀ ਹੋਈ ਹੈ। ਸੋ ਇੱਕ ਉਮੀਦ ਸੀ ਜਿਹੜੀ ਪਾਰਟੀ ਤੋਂ, ਉਹ ਪਾਰਟੀ ਦੇ ਵੀ ਅੱਜ ਦੇਖੋ, ਇੱਕ ਉੱਥੇ ਬਲਬੀਰ ਸਿੰਘ ਜਾਖੜ ਲੜੇ ਨੇ, ਦਿੱਲੀ 'ਚੋਂ ਇੱਕ ਇਲੈਕਸ਼ਨ ਲੜੇ ਨੇ ਸਾਡੇ ਇਹਨਾਂ ਦੇ MP, ਉਹਨਾਂ ਦੇ ਸੱਕੇ ਬੇਟੇ ਨੇ ਕਿਹਾ ਕਿ ਮੇਰੇ ਪਿਓ ਨੇ 6 ਕਰੋੜ ਰੁਪਈਆ ਦੇ ਕੇ ਟਿਕਟ ਲਈ ਹੈ। ਬਲਵੀਰ ਜਾਖੜ ਦੇ ਬੇਟੇ ਉਦੇ ਜਾਖੜ ਨੇ ਕਿਹਾ ਕਿ ਮੇਰੇ ਪਿਓ ਨੇ 6 ਕਰੋੜ ਦੇ ਕੇ ਟਿਕਟ ਲਈ ਹੈ, ਔਰ ਸਾਰੇ ਮੀਡੀਆ 'ਚ ਆਉਂਦਾ ਰਿਹਾ, ਸੋਸ਼ਲ ਮੀਡੀਆ 'ਤੇ ਆਉਂਦਾ ਰਿਹਾ ਕਿ ਕੇਜਰੀਵਾਲ ਨੇ ਰਾਜ ਸਭਾ ਦੀਆਂ ਟਿਕਟਾਂ ਵੀ ਵੇਚੀਆਂ, ਔਰ ਜੋ ਜੋ ਕੁਝ ਸਾਹਮਣੇ ਆਉਂਦਾ ਰਿਹਾ ਉਸ ਗੱਲ ਦੀ ਬਹੁਤ ਸ਼ਰਮ ਆ ਰਹੀ ਹੈ। ਸੋ ਇਸ ਕਰਕੇ ਕੋਈ, ਮੈਂ ਪਰਸਨਲ ਲੈਵਲ 'ਤੇ ਸੋਚਦਾ ਜਿਹੜਾ ਬੰਦਾ ਚੰਗਾ ਅੱਗੇ ਆ ਸਕਦਾ ਉਹਨੂੰ ਆਉਣਾ ਚਾਹੀਦਾ। ਗੁਰਪ੍ਰੀਤ ਘੁੱਗੀ ਜਿਹੜੇ ਕਹਿ ਰਹੇ ਨੇ ਕਿ ਕਾਂਗਰਸ ਪਾਰਟੀ ਤਾਂ ਮੈਂ ਨਹੀਂ ਜੁਆਇਨ ਕਰਨਾ ਆਇਆ, ਪਰ ਕੇਵਲ ਸਿੰਘ ਢਿੱਲੋਂ ਨਾਲ ਮੇਰਾ ਇੰਨਾ ਪਿਆਰ ਹੈ, ਇਸ ਕਰਕੇ ਮੈਂ ਅੱਜ ਸੰਗਰੂਰ 'ਚ ਉਹਨਾਂ ਦੇ ਹੱਕ 'ਚ ਪ੍ਰਚਾਰ ਕਰਨ ਆਇਆ। ਪਰ ਗੁਰਪ੍ਰੀਤ ਘੁੱਗੀ ਨੇ ਆਪਣੇ ਸਾਰੇ ਭਾਸ਼ਣ ਦੇ ਵਿੱਚ ਕੇਜਰੀਵਾਲ ਅਤੇ ਭਗਵੰਤ ਮਾਨ 'ਤੇ ਜਮ ਕੇ ਨਿਸ਼ਾਨੇ ਸਾਧੇ ਨੇ, ਉਹ ਇੰਝ ਕਹਿ ਸਕਦੇ ਹਾਂ ਕਿ ਸਾਰੀ ਭੜਾਸ ਜਿਹੜੀ 2 ਸਾਲਾਂ ਦੇ ਵਿੱਚ ਸੀ, ਅੱਜ ਉਹ ਮਾਝੇ ਦੇ ਲੀਡਰ ਨੇ, ਪਰ ਅੱਜ ਮਾਲਵੇ ਦੇ ਦਿਲ ਸੰਗਰੂਰ 'ਚ ਆ ਕੇ ਉਹਨਾਂ ਨੇ ਪੂਰੀ ਆਪਣੀ ਭੜਾਸ ਕੱਢੀ ਹੈ ਅਤੇ ਇੱਥੇ ਜੰਮ ਕੇ ਲੋਕਾਂ ਦੇ ਸਾਹਮਣੇ ਤੱਤ ਰੱਖੇ ਨੇ ਕਿ ਕੀ ਉਹਨਾਂ ਨੂੰ ਤਕਲੀਫਾਂ ਸੀ ਇਸ ਪਾਰਟੀ ਤੋਂ, ਆਮ ਆਦਮੀ ਪਾਰਟੀ ਤੋਂ, ਅਤੇ ਨਾਲ ਹੀ ਕਹਿ ਰਹੇ ਨੇ ਕਿ ਇਸ ਦਾ ਕੋਈ ਵੀ ਪੋਲੀਟੀਕਲ ਮਤਲਬ ਤਾਂ ਨਾ ਕੱਢਿਆ ਜਾਵੇ, ਪਰ ਆਉਣ ਵਾਲੇ ਸਮੇਂ ਦੇ ਵਿੱਚ ਸਮੀਕਰਨ ਜ਼ਰੂਰ ਬਦਲ ਸਕਦੇ ਨੇ। ਕੈਮਰਾਮੈਨ ਅਜੇ ਦੇ ਨਾਲ ਸਪਨ ਦਈਆ, ਦੈਨਿਕ ਸਵੇਰਾ TV।